ਕੱਲ 8:30 9:00 10:00 ਵਜੇ ਸ਼ਾਮ ਨੂੰ ਆਪਾਂ ਬੈਲਜੀਅਮ ਪਹੁੰਚ ਗਏ ਸੀਗੇ ਨੀਦਰਲੈਂਡ ਤੋਂ ਤੇ ਅੱਜ ਅਗਲੇ ਦਿਨ ਦੀ ਸਵੇਰ ਆ ਤੇ ਅੱਜ ਆਪਾਂ ਇੱਥੋਂ ਜਾਵਾਂਗੇ ਫਰਾਂਸ ਨੂੰ ਪੈਰਿਸ ਤੇ ਆਪਣੇ ਕੋਲੇ ਟਾਈਮ ਸੀਗਾ ਤਾਂ ਆਪਣੇ ਹੋਟਲ ਦੇ ਨੇੜੇ ਜਿਹੜਾ ਪਾਰਕ ਆਪਾਂ ਪਹਿਲਾਂ ਇੱਕ ਵਾਰੀ ਦੇਖਿਆ ਸੀ ਉੱਥੇ ਫੇਰ ਪਹੁੰਚੇ ਹਾਂ ਤੇ ਉਹ ਤੁਹਾਨੂੰ ਦਿਖਾਉਣੇ ਆ ਤੇ ਨਾਲ-ਨਾਲ ਫੇਰ ਆਪਾਂ ਦਿਖਾਵਾਂਗੇ ਤੁਹਾਨੂੰ ਬੈਲਜੀਅਮ ਤੋਂ ਪੈਰਿਸ ਦਾ ਸਫ਼ਰ ਬਸ ਰਹੀ ਤੇ ਆ ਜਿਹੜਾ ਉਹ ਪਾਰਕ ਸੀਗਾ ਉੱਥੇ ਆਹਾ ਜਿਹੜੀਆਂ ਇਹਨਾਂ ਦੀਆਂ ਤੋਪਾਂ ਵਗੈਰਾ ਹਥਿਆਰ ਪਏ ਨੇ ਜਿਹੜੇ ਰੱਖੇ ਹੋਏ ਨੇ ਤੇ ਅੱਜ ਆਪਾਂ ਉਹਨਾਂ ਨੂੰ ਦੇਖੀ ਜਾਂਦੇ ਇੱਥੇ 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 ਇਹ 뮤ਜ਼ੀਅਮ ਵੀ ਹੈਗਾ ਬਣਿਆ ਹੋਇਆ ਪਰ ਆਪਾਂ ਨੂੰ ਉਹਦਾ ਕੋਈ ਬਹੁਤਾ ਹਸਾਬ-ਕਤਾਵ ਆਪਣੇ ਚਾਉਂਦਾ ਨਹੀਂ ਹੈਗਾ ਗੇਟ 'ਚ ਨਹੀਂ ਪੈਂਦੀ ਗੱਲਬਾਤ ਤੇ ਆਪਾਂ ਉੱਥੇ ਤਾਂ ਨਹੀਂ ਗਏ ਹੈਗੇ ਪਰ ਆਹ ਜਿਹੜੇ ਬਾਹਰ ਪਏ ਨੇ ਆਹਾ ਦੇਖੋ ਕਿੱਡੇ-ਕੱਡੇ ਬੰਬ ਪਾਏ ਨੇ ਆਹ ਇਹ ਸਾਦੇ ਤੋਪ ਨਾਲ ਚੱਲਦੇ ਹੋਣੇ ਆ ਤੇ ਉਹਨਾਂ ਨੂੰ ਦੇਖ ਰਿਹਾ ਤੇ ਬਹੁਤ ਖੂਬਸੂਰਤ ਥਾਂ ਇਹ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾਗਾ ਬ੍ਰਾਸਲ ਦੇ ਵਿੱਚ ਤੇ ਆਪਣੇ ਜਿਹੜਾ ਹੋਟਲ ਸੀਗਾ ਉੱਥੋਂ ਤੁਰ ਕੇ ਇਹ 7-8 ਮਿੰਟਾਂ ਦਾ ਰਾਹ ਸੀ ਆਹ ਦੇਖੋ ਇਸ ਤਰ੍ਹਾਂ ਦਾ ਇਹਨਾਂ ਦੇ ਉੱਤੇ ਆ ਕਾਲਾ ਜਿਹਾ ਰੰਗ ਕੀਤਾ ਹੋਇਆ ਤੇ ਕੁਝ ਆ ਵੀ ਪਈ ਆ ਕੋਈ ਚੀਜ਼ ਹੁਣ ਪਤਾ ਨਹੀਂ ਇਹ ਕਿਵੇਂ ਚੱਲਦੀ ਹੋਣੀ ਆ ਇੱਥੇ ਗੋਲਾ-ਗੋਲਾ ਪਾ ਕੇ ਚਲਾਉਂਦੇ ਹੋਣੇ ਇਹਨੂੰ ਸ਼ਾਇਦ ਮੈਂ ਪਈ ਜਾਂਦਾ ਜਿਵੇਂ ਆ ਤੁਹਾਨੂੰ ਆਸੇ-ਪਾਸੇ ਚੱਕਰ ਦਿਖਾਈ ਦਿੰਦਾ ਹੁਣ ਤੇ ਆ ਮੂਰਤੀਆਂ ਬੜੀਆਂ ਹੋਈਆਂ ਨੇ ਜਿਹੜੀਆਂ ਉਹ ਵੀ ਇੱਥੇ ਆਪਾਂ ਨੂੰ ਆ ਆਪਾਂ ਦੇਖੀ ਜਾਂਦੇ ਆ ਨਾਲ-ਨਾਲ ਤੇ ਆ ਉਹ ਦਰਵਾਜ਼ਾ ਤੇ ਇਹਦੇ ਜਿਹੜੇ ਗੇਟ ਨੇ ਇਹਨਾਂ ਦੇ ਬਾਹਰ ਇਹ ਮੂਰਤੀਆਂ ਬੜੀਆਂ ਹੋਈਆਂ ਨੇ ਇਹਨਾਂ ਦੀਆਂ ਰਾਣੀਆਂ ਹੋਣੀਆਂ ਨੇ ਇਹ ਅੱਡ-ਅੱਡ ਟਾਈਮ ਦੇ ਉੱਤੇ ਬਣੀਆਂ ਹੋਈਆਂ ਜਿਹੜੀਆਂ ਤੇ ਉਹਨਾਂ ਦੀਆਂ ਮੂਰਤੀਆਂ ਇਹਨਾਂ ਨੇ ਇੱਥੇ ਬਣਾਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਦੀਆਂ ਨੇ ਉਹ ਜਿਵੇਂ ਆਦੇ ਕਿਸੇ ਰਾਣੀ ਕੋਲੇ ਕੋਈ ਚੀਜ਼ ਪੜੀ ਹੋਈ ਆ ਕਿਸੇ ਕੋਲੇ ਕੋਈ ਪਰ ਇੱਕ ਚੀਜ਼ ਜਿਹੜੀ ਕੌਮਣਾ ਉਹ ਹੈਗਾ ਇਹਨਾਂ ਕੋਲੇ ਕੋਈ ਨਾ ਕੋਈ ਜਾਨਵਰ ਉਹ ਸਾਰਿਆਂ ਕੋਲੇ ਵੱਖ-ਵੱਖ ਤਰ੍ਹਾਂ ਦਾ ਕੋਈ ਨਾ ਕੋਈ ਜਾਨਵਰ ਫੜਿਆ ਹੋਇਆ ਕਿਸੇ ਕੋਲੇ ਸ਼ੇਰ ਆ ਕਿਸੇ ਕੋਲੇ ਘੋੜਾ ਕਿਸੇ ਕੋਲੇ ਖਸ ਤੇ ਇਸ ਤਰ੍ਹਾਂ ਤੇ ਬਹੁਤ ਸੁਰਤ ਹੈ ਥਾਂ ਕੀ ਤੇ ਇੱਥੇ ਹਵਾ ਬਹੁਤ ਸੋਹਣੀ ਲੱਗਦੀ ਆ ਹੁਣ ਬਹੁਤ ਸੋਹਣੀ ਹਵਾ ਚੱਲ ਰਹੀ ਆ ਇੱਥੇ ਤੇ ਆ ਆਪਾਂ ਹੁਣ ਵਿੱਚ ਨੂੰ ਪਹੁੰਚ ਗਏ ਇਹ ਦੇ ਦਰਵਾਜੇ ਦੇ ਯਾਨੀ ਕਿ ਥੱਲੇ ਪਹੁੰਚ ਗਏ ਆਪਾਂ ਇਹ ਕਹਿ ਸਕਦੇ ਹਾਂ ਉਹਦੇ ਤੇ ਇੱਥੇ ਜਿਹੜੇ ਉਹ ਬਣੇ ਹੋਏ ਨੇ ਦਰਵਾਜੇ ਉਹ ਕੁਝ ਇਸ ਤਰ੍ਹਾਂ ਦੇ ਨੇ ਆਹ ਦੇਖੋ ਉੱਤੇ ਮੀਨਾਕਾਰੀ ਕਿੰਨੀ ਘਾਟ ਕੀਤੀ ਹੋਈ ਹੈ ਤੇ ਆਹ ਵੱਡੇ ਵੱਡੇ ਜਿਹੜਾ ਉਹ ਗ੍ਰੀਨ ਜੇ ਕਲਰ ਦਾ ਕਾਲੇ ਜੀ ਰੰਗ ਦਾ ਦਰਵਾਜਾ ਨਹੀਂ ਦਾ ਤੇ ਉਹ ਕੁਝ ਇਸ ਤਰ੍ਹਾਂ ਦਾ ਜਿਵੇਂ ਆ ਤੁਸੀਂ ਦੇਖੀ ਜਾਂਦੇ ਹੋ ਤੇ ਆ ਫੋਟੋਆਂ ਡਰਾਇੰਗ ਵਗੈਰਾ ਬਣਾਈ ਪਈਆਂ ਲੋਕਾਂ ਦੀ ਤੇ ਆ ਸ਼ੇਰ ਲੱਗਿਆ ਹੋਇਆ ਇੱਥੇ ਆ ਦੇਖੋ ਕਿੰਨਾ ਪੁਰਾਣਾ ਹੋਣਾ ਇਹ ਇਹ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਪਰ ਆ ਸ਼ੇਰ ਜਿਹਾ ਬਣਿਆ ਹੋਇਆ ਇਹਦੇ ਤੇ ਤੇ ਦੋਨੇ ਦੋਨਾ ਸਾਈਡਾਂ ਤੇ ਤੇ ਬਹੁਤ ਸੋਹਣਾ ਖੂਬਸੂਰਤ ਪਿਆਰਾ ਇਹ ਦਰਵਾਜ਼ਾ ਤੇ ਆ ਇਹਦੀ ਉੱਪਰਲੀ ਸੱਤ ਉੱਥੇ ਵੀ ਡਿਜ਼ਾਈਨ ਬਣਾਇਆ ਹੋਇਆ ਤੇ ਇਹਨੂੰ ਆਪਾਂ ਦੇਖਦੇ ਹਾਂ ਉਹ ਸਾਹਮਣੇ ਜਾਨੇ ਜਿੱਥੇ ਉਹ ਖੜਿਆ ਦੋ ਜਣੇ ਤੇ ਉੱਥੇ ਉਹ ਕੋਈ ਮੂਰਤੀ ਜੀ ਬਣੀ ਹੋਈ ਹੈ ਇੱਕ ਉਹਦੇ ਤੇ ਲਾਈ ਹੋਈ ਉਹ ਦੇਖਦੇ ਆ ਕੀ ਆ ਤੇ ਜਿਹੜੀ ਆਹਾ ਇਹ ਨੂੰ ਦੇਖ ਰਹੇ ਆ ਕੀ ਆ ਆ ਦੇ ਇੱਥੇ ਇਹ ਚਾਰ ਪੰਜ ਬੁੱਤ ਜੇ ਬਣੇ ਹੋਏ ਨੇ ਇਹ ਵੀ ਇਹਨਾਂ ਦੇ ਕੋਈ ਰਾਜੇ ਰਾਣੀਆਂ ਹੋਣੇ ਨੇ ਇਸ ਤਰ੍ਹਾਂ ਦਾ ਇਹ ਬਣੇ ਹੋਏ ਸੀਗੇ ਇੱਥੇ ਤੇ ਬਾਕੀ ਇਧਰਲੀ ਸਾਈਡ ਦੇ ਉੱਤੇ ਜਿਹੜਾ ਉਹ ਉੱਪਰ ਸੱਤ ਉਹ ਦੇਖੋ ਆ ਦੇ ਇਸ ਤਰ੍ਹਾਂ ਦੀ ਬਣੀ ਹੋਈ ਆ ਇਹ ਬਹੁਤ ਸੋਹਣੀ ਬਣੀ ਹੋਈ ਆ ਇਸ ਤਰ੍ਹਾਂ ਦੀ ਤੇ ਅਸਮਾਨ ਪੂਰਾ ਨੀਲਾ ਹੋਇਆ ਪਿਆ ਬਹੁਤ ਖੂਬਸੂਰਤ ਲੱਗਦਾ ਉਹ ਵੀ ਹੋਣਾ ਲੱਗਦਾ ਤੇ ਆਪਾਂ ਹੁਣ ਇਹਦੇ ਦਰਵਾਜੇ ਦੇ ਅੰਦਰ ਆ ਗਏ ਇਧਰਲੀ ਸਾਈਡ ਗੋਲ ਜਿਹੜਾ ਇਹ ਬਣਿਆ ਹੋਇਆ ਇਹ ਮਿਊਜ਼ੀਅਮ ਆ ਦੋਨਾਂ ਸਾਈਡਾਂ ਤੇ ਘਰ ਰਹੇ ਐਵੇਂ ਹੀ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਜਿਵੇਂ ਬਾਹਾਂ ਹੁੰਦੀਆਂ ਨੇ ਇਸ ਦਰਵਾਜੇ ਦੀਆਂ ਇਹ ਕਹਿ ਸਕਦੇ ਆ ਤੇ ਮੂਰਤੀਆਂ ਇਧਰ ਵੀ ਬਣੀਆਂ ਹੋਈਆਂ ਨੇ ਆ ਦੇਖੋ ਹਥਿਆਰਾਂ ਦੀ ਨਿਮਾਸ਼ ਤਾਂ ਇਹਨਾਂ ਨੇ ਪੂਰੀ ਕੀਤੀ ਹੋਈ ਆ ਤੇ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਹੋਇਆ ਇਹਨਾਂ ਨੇ ਤੇ ਬੋਲਦੇ ਵੀ ਇਹ ਆਪਣੀ ਭਾਸ਼ਾ ਹੀ ਨੇ ਜ਼ਿਆਦਾਤਰ ਅੰਗਰੇਜ਼ੀ ਬੋਲਦੇ ਨੇ ਪਰ ਬਹੁਤ ਥੋੜੀ ਬਹੁਤ ਥੋੜੇ ਬੰਦਿਆਂ ਨੂੰ ਆਉਂਦੀ ਆ ਅੰਗਰੇਜ਼ੀ ਤੇ ਆ ਦੇਖੋ ਆ ਰਾਣੀ ਬਣੀ ਹੋਈ ਆ ਵੀ ਐ ਮੂਰਤੀ ਬਣਾਈ ਹੋਈ ਆ ਉਹਦੀ ਇਸ ਤਰ੍ਹਾਂ ਦੀ ਤੇ ਇੱਕ ਆ ਸੀਗੀ ਸਾਹਮਣੇ ਜਿਹੜੀ ਆ ਹੁਣ ਤੇ ਦੋ ਕੋਹੋਰ ਨੇ ਦੇਲ ਸਾਈਡ ਦੇ ਉੱਤੇ ਇੱਕ ਆ ਤੇ ਇੱਕ ਉਧਰ ਹੋਰ ਇਸ ਤਰ੍ਹਾਂ ਇਹਨਾਂ ਨੇ ਇੱਥੇ ਮੂਰਤੀ ਕਲਾ ਤਾਂ ਬਹੁਤ ਆ ਜਿਵੇਂ ਆ ਆ ਦੇਖੋ ਆ ਬਣਾਈ ਹੋਈ ਆ ਇੱਕ ਚਾਰ ਇਧਰ ਬਣੀ ਹੋਏ ਨੇ ਤੇ ਚਾਰ ਉਧਰਲੀ ਸਾਈਡ ਤੇ ਸਾਹਮਣੇ ਇਹ ਉਹੀ ਗਰਾਊਂਡ ਇਧਰਲੀ ਸਾਈਡ ਆਪਾਂ ਤੋਂ ਗਏ ਸੀ ਪਹਿਲਾਂ ਪਹਿਲੇ ਦਿਨ ਤੇ ਉਹੀ ਇਹ 30 ਨੇ ਸਾਰੇ ਜਿਹੜੇ ਆ ਦਿਖਾਈ ਜਾਂਦੇ ਆ ਦਿਖਾਈ ਜਾਂਦੇ ਆਪਾਂ ਨੂੰ ਇਸ ਟਾਈਮ ਕਿ ਆ ਅਸਮਾਨ ਤੇ ਕਿ ਆ ਲੋਕ ਇੱਥੇ ਕਾਫੀ ਗਿਣਤੀ ਚ ਆਉਂਦੇ ਨੇ ਲੋਕ ਇੱਥੇ ਭੱਜੇ ਫਿਰਦੇ ਨੇ ਅਸ਼ਾਇਰ ਕਰਦੇ ਆ ਦੇਖੋ ਇਸ ਤਰ੍ਹਾਂ ਅਗਸਤ ਦਾ ਮਹੀਨਾ 2023 ਤੇ ਆ ਦੇਖੋ ਤਿਆ ਘੋੜੇ ਜਮਨੇ ਹੋਏ ਨੇ ਜਿਹੜੇ ਇਹਨਾਂ ਦੇ ਇਹਦੇ ਉੱਤੇ ਤੇ ਥੱਲੇ ਜਿਹੜੀ ਇਹਨਾਂ ਨੇ ਭਾ ਲਿਖਿਆ ਹੋਇਆ ਉਹ ਆਪਣੀ ਭਾਸ਼ਾ ਦੇ ਵਿੱਚ ਹੀ ਲਿਖਿਆ ਹੋਇਆ ਆਹੋ ਤੇ ਆਹ ਦਰਵਾਜ਼ਾ ਇਹ ਜਿਹੜਾ ਬਹੁਤ ਦੂਰੋਂ ਦਿਂਦਾ ਇਹ ਤੇ ਬਹੁਤ ਖੂਬਸੂਰਤ ਆ ਤਿੰਨੇ ਇਹਦੇ ਵਿੱਚੋਂ ਦੀ ਜਾਣ ਨੂੰ ਇਹ ਰਾਹ ਬਣੇ ਹੋਏ ਨੇ ਆਰ ਪਰ ਹੁੰਣ ਲਈ ਤੇ ਆਪਾਂ ਇਹਦੇ ਅੰਦਰ ਆ ਚੁੱਕੇ ਹਾਂ ਇਸ ਟਾਈਮ ਤੇ ਇਹਨੂੰ ਅੰਦਰਲੀ ਸਾਈਡ ਦੇ ਉੱਤੋਂ ਜਿਵੇਂ ਸਾਹਮਣੇ ਹੋਰ ਇਸ ਤਰ੍ਹਾਂ ਦਾ ਗਰਾਊਂਡ ਦੀਦਾ ਜਿਵੇਂ ਆਪਾਂ ਪਹਿਲਾਂ ਵੀ ਗਏ ਸੀ ਇਧਰਲੀ ਸਾਈਡ ਤੇ ਬਸ ਇਹੋ ਜਿਹਾ ਇੱਥੇ ਹਸਾਕਤਾ ਵਾ ਤੇ ਬਹੁਤ ਖੂਬਸੂਰਤ ਆ ਤੇ ਲੋਕ ਇੱਥੇ ਵੀਡੀਓ ਬਣਾਉਂਦੇ ਫਿਰਦੇ ਆ ਜਿਵੇਂ ਉਹ ਜਿਹੜਾ ਸਕੂਟਰ ਜਾਂਦਾ ਉਹਦੇ ਉੱਤੇ ਚੜ੍ਹ ਕੇ ਤੇ ਆ ਦੇਖੋ ਫੋਟੋਆਂ ਵੀ ਖਿੱਚਦੇ ਆ ਵੀਡੀਓ ਵੀ ਬਣਦੀ ਆ ਕਿਉਂਕਿ ਬਹੁਤ ਖੂਬਸੂਰਤ ਇਹ ਪਾਰਕ ਆ ਤੇ ਇਹ ਦੋਨੋਂ ਸਾਈਡਾਂ ਦੇ ਉੱਤੇ ਇਸ ਤਰ੍ਹਾਂ ਸੜਕ ਬਣੀ ਹੋਈ ਆ ਇੱਕੋ ਜਿਹਾ ਮਾਹੌਲ ਆ ਦੋਨੋਂ ਸਾਈਡਾਂ ਦੇ ਉੱਤੇ ਇਹ ਕਹਿ ਸਕਦੇ ਆ ਤੇ ਹੁਣ ਆਪਾਂ ਉਹ ਸਾਹਮਣੇ ਦੇਖਦੇ ਆ ਥੋੜਾ ਜਿਆਦਾ ਅੱਗੇ ਚੱਲ ਕੇ ਤੇ ਦੋਨਾਂ ਸਾਈਡਾਂ ਦੇ ਉੱਤੇ ਜਿਵੇਂ ਐ ਲਾ ਲਓ ਵੀ ਅ ਅੱਧਾ ਜੇ ਆਪਾਂ ਇਹਨੂੰ ਅੱਧਾ ਕਰ ਦਈਏ ਤਾਂ ਦੂਜੀ ਸਾਈਡ ਆ ਉਹਦੀ ਦੂਜੀ ਅੱਧ ਹੋ ਜਾਣੀ ਆ ਬਿਲਕੁਲ ਸੇਮ ਟੂ ਸੇਮ ਓਵੇਂ ਹੀ ਦਰਖਤ ਲੱਗੇ ਹੋਏ ਨੇ ਦੋਨਾਂ ਸਾਈਡਾਂ ਦੇ ਉੱਤੇ ਤੇ ਓਵੇਂ ਹੀ ਇਹ ਬਿਲਡਿੰਗ ਬਣੀ ਹੋਈ ਆ ਤੇ ਇਸ ਤਰ੍ਹਾਂ ਆਪਾਂ ਉਹ ਸਾਹਮਣੇ ਦੇਖਦੇ ਆਂ ਦੋਨਾਂ ਸਾਈਡਾਂ ਉੱਤੇ ਜਿਹੜੇ ਇਹ ਟਰੀ ਲੱਗੇ ਹੋਏ ਨੇ ਇਹਨਾਂ ਦੇ ਵਿੱਚੋਂ ਦੀ ਜਾਨ ਨੂੰ ਰਾਹ ਵੀ ਬਣਿਆ ਹੋਇਆ ਇੱਕ ਸਾਈਡ ਤੇ ਆਪਾਂ ਪਹਿਲਾਂ ਗਈ ਸੀਗੇ ਤੇ ਪਿੱਛੇ ਆਪਣੇ ਉਹੀ ਦਰਵਾਜ਼ਾ ਉਹ ਦਿਖਾਈ ਦੇ ਜਾਂਦਾ ਤੇ ਹਜੇ ਆਪਾਂ ਜਾ ਕੇ ਫਿਰ ਪੱਗ ਬੰਨ ਕੇ ਫਿਰ ਆਪਾਂ ਚੱਲਦੇ ਆਂ ਪੈਰਸ ਨੂੰ ਤੇ ਆਹ ਦੇਖੋ ਪਹਿਲਾਂ ਹੁਣ ਆਪਣਾ ਅੱਜ ਦੁਪਹਿਰ ਦੀ ਵਾਟਸਾਪਲੀ 2:30 ਵਜੇ 2:30 ਵਜੇ ਦੀ ਆ 3 ਵਜੇ ਆਪਾਂ ਚੱਲਾਂਗੇ ਤੇ 7-8 ਵਜੇ ਨੂੰ ਪਹੁੰਚ ਜਾਗੇ ਉੱਥੇ ਪੈਰਿਸ ਤੇ ਆਹ ਦੇਖੋ ਲੋਕ ਭੱਜੇ ਫਿਰਦੇ ਇੱਥੇ ਆਹ ਦੇਖੋ ਇਸ ਤਰ੍ਹਾਂ ਦਾ ਮਾਹੌਲ ਆ ਉਹ ਸਕੂਟ پارک ਹੈ ਬਹੁਤ ਸੋਹਣਾ ਇਸੇ ਲਈ ਆਪਾਂ ਅੱਜ ਦੁਬਾਰੇ ਫੇਰ ਇੱਥੇ ਪਹੁੰਚੇ ਆ ਤੇ ਆਹ ਦੇਖੋ ਆਹ ਸਕੂਟਰ ਜੇ ਵੀ ਇੱਥੇ ਬਹੁਤ ਗਿਣਤੀ ਚ ਨੇ ਤੇ ਬਹੁਤ ਕੰਪਨੀਆਂ ਨੇ 4-5 ਕੰਪਨੀਆਂ ਨੇ ਇਹ ਅੱਡ-ਅੱਡ ਤਰ੍ਹਾਂ ਦੇ ਇਹਨਾਂ ਤੇ ਉੱਤੇ ਕਾਰਡ ਸਕੈਨ ਕਰੋ ਤੇ ਆ ਇਹਨਾਂ ਦੀ ਸਵਾਰੀ ਲਓ ਆ ਦੇਖੋ ਸੋਨਾ ਬਹੁਤ ਲੱਗਦਾ ਬਸ ਇੱਥੋਂ ਆਪਾਂ ਇਹਨੂੰ ਦੇਖ ਕੇ ਫਿਰ ਚੱਲਦੇ ਆਂ ਆਪਾਂ ਪੈਰਿਸ ਨੂੰ ਤੇ ਆਹ ਦੇਖ ਲਓ ਚਾਰ ਸਪੇਰਮੇ ਦਾ ਮਾਹੌਲ ਗ੍ਰੀਨ ਕਿੰਨਾ ਸੋਹਣਾ ਲੱਗਦਾ ਏ ਆ ਦੇਖੋ ਬਹੁਤ ਖੂਬਸੂਰਤ ਸੋਹਣੀ ਜਗ੍ਹਾ ਬਣੀ ਹੋਈ ਹਾਸ ਟਾਈਮ ਆਪਾਂ ਬੱਸ ਤੇ ਜਾ ਰਹੇ ਆ ਇਹ ਜਿਹੜੀ ਬੱਸ ਆ ਇਹ ਬ੍ਰਸਲ ਤੋਂ ਪੈਰਿਸ ਨੂੰ ਜਾ ਰਹੀ ਹੈ ਹੁਣ ਹਾਸ ਟਾਈਮ ਤੇ ਆਪਾਂ ਵੀ ਇਹਦੇ ਰਾਹੀਂ ਹੁਣ ਪੈਰਸ ਪਹੁੰਚਾਂਗੇ ਤੇ ਜਿਹੜੀ ਇਹ ਬਾਸਾ ਇਹ ਲਗਭਗ 3 ਸਾਢੇ 3 ਘੰਟਿਆਂ ਦੇ ਵਿੱਚ ਸਾਢੇ 3 ਹਾਂ ਸਾਢੇ 3 4 ਘੰਟਿਆਂ ਦੇ ਵਿੱਚ ਬ੍ਰਸਲ ਤੋਂ ਪੈਰਸ ਪਹੁੰਚ ਜਾਂਦੀ ਹੈ ਤੇ ਇਹਦਾ ਕਿਰਾਇਆ ਉਹੀ 25-30 ਡਾਲਰ ਹੁੰਦਾ ਇੱਕ ਜਣੇ ਦਾ ਤੇ ਬਾਕੀ ਇਹਦੀ ਜਿਹੜੀ ਦੂਰੀ ਆ ਬ੍ਰਸਲ ਦੀ ਪੈਰਸ ਤੱਕ ਤੱਕ ਦੀ ਉਹ ਹੈਗੀ ਆ 3 350 ਕਿਲੋਮੀਟਰ ਇਹ ਆ ਜਿਹੜਾ ਤੁਸੀਂ ਬਾਹਰਲਾ ਮਾਹੌਲ ਦੇਖੀ ਜਾਂਦੇ ਹੋ ਇਹ ਬੱਸ ਰਹੀਂ ਆਪਾਂ ਜਾਂਦੇ ਹੋਏ ਦੇਖ ਰਹੇ ਹਾਂ ਤੇ ਇਹ ਸਪੀਡ ਨਾਲ ਬੱਸ ਅੱਗੇ ਨੂੰ ਵੱਧ ਰਹੀ ਆ ਆਪਾਂ ਨੇ ਜਿਹੜੀ ਟਿਕਟਾਂ ਲਈਆਂ ਹੋਈਆਂ ਸੀਗੀਆਂ ਬੈਲਜੀਅਮ ਤੋਂ ਯਾਨੀ ਕਿ ਇੱਥੇ ਬ੍ਰਾਸਲ ਤੋਂ ਪੈਰਿਸ ਦੀਆਂ ਬੱਸ ਦੀਆਂ ਉਹ ਆਪਾਂ 22 ਵਜੇ ਦੀਆਂ ਲਈਆਂ ਹੋਈਆਂ ਸੀ ਪਰ ਉਹ ਲਈਆਂ ਹੋਈਆਂ ਸੀ ਆਪਾਂ ਨੇ ਏ ਐਮ ਦੀਆਂ ਯਾਨੀ ਕਿ ਅੱਧੀ ਰਾਤ ਸੀਗੀਆਂ ਇਹ ਕਹਿ ਸਕਦੇ ਹਾਂ ਤੇ ਆਪਾਂ ਸਮਝ ਗਏ ਵੀ ਉਹ ਪੀਐਮ ਦੀਆਂ ਨੇ ਤੇ ਜਾਨੀ ਕਿ ਆਪਾਂ 12 ਘੰਟੇ ਲੇਟ ਬੱਸ ਕੋਲੇ ਪਹੁੰਚੇ ਤੇ ਜਦੋਂ ਉੱਥੋਂ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਵੀ ਉਹ ਬੱਸ ਛੋਡੀ ਚਲੀ ਗਈ ਤੇ ਫਿਰ ਆਪਾਂ ਨੇ ਦੁਬਾਰੇ ਬੱਸ ਕੰਪਨੀ ਵਾਲਿਆਂ ਨੂੰ ਹੂਨ ਕੀਤਾ ਤਾਂ ਉਹਨਾਂ ਦਾ ਰਿਸਪੌਂਸ ਸੀਗਾ ਜਿਹੜਾ ਬਹੁਤ ਗੁੱਡ ਸੀ ਬਹੁਤ ਵਧੀਆ ਸੀ ਉਹਨਾਂ ਨੇ ਆਪਣੀਆਂ ਜਿਹੜੀ ਉਹ ਟਿਕਟਾਂ ਵਾਲੀ ਪਹਿਲਾਂ ਵਾਲੀ ਪ੍ਰਾਈਸ ਸੀਗੀ ਉਹ ਆਪ ਨੂੰ ਬੈਕ ਕਰਤੀ ਤੇ ਨਵੀਂ ਟਿਕਟ ਆਪਾਂ ਨੂੰ ਜਾਰੀ ਕਰਤੀ ਤੇ ਜਿਹੜੀ ਕਿ ਉਹ ਪਹਿਲਾਂ ਵਾਲੀ ਵਸ ਤੋਂ ਸਿਰਫ ਅ 15-20 ਮਿੰਟ ਲੇਟ ਚੱਲੀ ਐ ਇਥੋਂ ਬ੍ਰਸਲ ਤੋਂ ਤੇ ਆਪਾਂ ਬਚ ਗਏ ਇੱਥੇ ਅਸਲ 'ਚ ਜਿਹੜੀਆਂ ਬ੍ਰਸਲ ਤੋਂ ਬੱਸਾਂ ਚੱਲਦੀਆਂ ਨੇ ਪੈਰਸ ਨੂੰ ਉਹ ਇੱਕ ਕੰਪਨੀ ਦੀਆਂ ਨਹੀਂ ਚੱਲਦੀਆਂ ਕਈ ਕੰਪਨੀ ਦੀਆਂ ਚੱਲਦੀਆਂ ਨੇ ਨੰਬਰ 1 ਤਾਂ ਨੰਬਰ 2 ਇਹ ਜਿਹੜੀਆਂ ਬੱਸਾਂ ਨੇ ਇਹ ਹਰ ਅ 20-25 ਮਿੰਟਾਂ ਬਾਅਦ ਚਲਦੀਆਂ ਰਹਣੀਆਂ ਨੇ ਇਸ ਕਰਕੇ ਜੇ ਤੁਸੀਂ ਕਦੇ ਇੱਥੇ ਆਓ ਤੇ ਬਸ ਦੇ ਉੱਤੇ ਸਫ਼ਰ ਕਰਨਾ ਹੋਵੇ ਤਾਂ ਟਿਕਟ ਤੁਸੀਂ ਮੌਕੇ ਦੇ ਉੱਤੇ ਆ ਕੇ ਵੀ ਲੈ ਸਕਦੇ ਹੋ ਮੌਕੇ ਦੇ ਉੱਤੇ ਟਿਕਟ ਮਿਲ ਜਾਂਦੀ ਆ ਸੌਖੀ ਤਰ੍ਹਾਂ ਫੋਨ ਕਰੋ ਉਹਨਾਂ ਨੂੰ ਤੇ ਟਿਕਟ ਲਓ ਜਾਂ ਆਨਲਾਈਨ ਟਿਕਟ ਲੈ ਲਓ ਕੋਈ ਚੱਕਰ ਨਹੀਂ ਤੇ ਵਧੀਆ ਇਹਨਾਂ ਦਾ ਸਰਵਿਸ ਆ ਵਧੀਆ ਤੇ ਇਸ ਟਾਈਮ ਆਪਾਂ ਹੁਣ ਇੱਥੋਂ ਬ੍ਰਸਲ ਤੋਂ ਪੈਰਸ ਨੂੰ ਜਾ ਰਹੇ ਹਾਂ ਤੇ ਆਹ ਰਸਤੇ ਦਾ ਜਿਹੜਾ ਫਰੀ ਵੇ ਆ ਜਾਂ ਇਹਨਾਂ ਦਾ ਹਾਈ ਵੇ ਆ ਜੋ ਵੀ ਆ ਉਹ ਆਪਾਂ ਨੂੰ ਦਿਖਾਈ ਦੇ ਜਾਂਦਾ ਬਹੁਤ ਖੂਬਸੂਰਤ ਆ ਦੇਖ ਲਓ ਪੜ ਲਓ ਕੋਈ ਜੇ ਨਾਮ ਪੜਿਆ ਜਾਂਦਾ ਕਿਸੇ ਸਿਟੀ ਦਾ ਤੇ ਇਹ ਇਹਨਾਂ ਨੇ ਆਪਣੀ ਲੈਂਗੁਏਜ ਯੂਜ਼ ਕੀਤੀ ਹੋਈ ਆ ਤੇ ਬੱਸ ਦੇ ਵਿੱਚੋਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਆਪਾਂ ਜੇ ਆਪਾਂ ਇੰਟਰਨੈਟ ਨਾ ਦੇਖੀਏ ਤਾਂ ਵੀ ਕਿਹੜੇ ਵੇਲੇ ਆਪਾਂ ਫਰਾਂਸ ਦੇ ਵਿੱਚ ਐਂਟਰ ਹੋ ਗਏ ਪਰ ਜਦੋਂ ਆਪਾਂ ਇੰਟਰਨੈਟ ਤੇ ਦੇਖਦੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕੋਈ ਇੱਥੇ ਰੋਕ ਟੋਕ ਨਹੀਂ ਤੇ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਤੇ ਮਾਣਾਂ ਬੱਸ 'ਚ ਬੈਠੋ ਤੇ ਸਿੱਧਾ ਸਿਟੀ ਤੋਂ ਸਿਟੀ ਤੁਸੀਂ ਮੂਵ ਹੋ ਜਓ ਤੇ ਇਸ ਤਰ੍ਹਾਂ ਆਪਾਂ ਵੀ ਬੱਸ ਦੇ ਵਿੱਚ ਬੈਠਿਆਂ ਕੋਈ ਬਹੁਤੀ ਭੀੜ ਨਹੀਂ ਹੈਗੀ ਕਿਉਂਕਿ ਬੱਸਾਂ ਅੱਧੇ ਪੌਣੇ ਘੰਟੇ ਬਾਅਦ ਚੱਲਦੀਆਂ ਰਹਿੰਦੀਆਂ ਨੇ ਤੇ ਕਈ ਕੰਪਨੀ ਦੀਆਂ ਚੱਲਦੀਆਂ ਨੇ ਸਾਰਾ ਯੂਰਪ ਮੈਨੂੰ ਲੱਗਦਾ ਇਨ੍ਹਾਂ ਬੱਸਾਂ ਦੇ ਉੱਤੇ ਸਫਰ ਕਰਦਾ ਰਹਿੰਦਾ ਤੇ ਰਾਸਤੇ ਦੇ ਵਿੱਚ ਇਹ ਇੱਕ ਥਾਵੇਂ ਬੱਸ ਮੈਨੂੰ ਲੱਗਦਾ ਸਾਇਦ ਪਟ્રોલ ਪੁਲ ਰੋਕਦੇ ਨੇ ਤੇ ਉੱਥੋਂ ਫੇਰ ਗਾਹਾਂ ਚਲੇ ਜਾਂਦੇ ਆ ਤੇ ਆ ਦੇਖੋ ਕਰ ਇਹਨਾਂ ਦੇ ਬਾਹਰੋਂ ਜਿਹੜੇ ਨੀਂਦੇ ਆ ਉਹ ਤੇ ਆ ਇਹਨਾਂ ਦੀਆਂ ਮੱਝਾਂ ਗਾਂਾਂ ਇੱਥੇ ਚਾਰ ਦੀਆਂ ਫਿਰਦੀਆਂ ਨੇ ਫਾਰਮ ਏਰੀਆ ਆ ਇਹ ਤੇ ਬਹੁਤ ਖੂਬਸੂਰਤ ਥਾਂ ਵੈਸੇ ਮੈਨੂੰ ਲੱਗਦਾ ਯੂਰਪ ਸਾਰਾ ਹੀ ਸੋਨਾ ਹੋਣਾ ਹਰਿਆ ਭਰਿਆ ਹੋਣਾ ਜਿਹੜੀ ਇੱਥੋਂ ਦੀ ਥਾਂ ਉਹ ਕਾਫੀ ਉਪਜਾਊ ਲੱਗਦੀ ਹੈ ਮੈਨੂੰ ਕਿਉਂਕਿ ਹੁਣ ਤੱਕ ਆਪਾਂ ਜਿੰਨੇ ਵੀ ਫਾਰਮ ਦੇਖਿਆ ਤਾਂ ਉੱਥੇ ਸਬਜ਼ੀਆਂ ਵਗੈਰਾ ਲੱਗੀਆਂ ਹੋਈਆਂ ਜਾਂ ਕਹਿ ਲਓ ਵੀ ਜਿਹੜੇ ਇਹਨਾਂ ਦੀਆਂ ਫਸਲਾਂ ਨੇ ਉਹ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਆਪਾਂ ਨੂੰ ਫਾਸਲ ਵਗੈਰਾ ਇੱਥੇ ਵਧੀਆ ਹੁੰਦੀ ਆ ਤੇ ਦਰਖਤ ਇਹਨਾਂ ਨੇ ਬਹੁਤ ਵੱਡੀ ਗਿਣਤੀ 'ਚ ਰੱਖੇ ਹੋਏ ਨੇ ਜਿਵੇਂ ਆਪਾਂ ਨੂੰ ਦਿਖਾਈ ਵੀ ਦੇਈ ਜਾਂਦੇ ਨੇ ਉਹ ਦੇਖੋ ਸਾਹਮਣੇ ਕੁਝ ਵੱਡ ਕੇ ਰੱਖਿਆ ਹੋਇਆ ਕਣਕ ਗੁਣ ਕਬੱਡੀ ਹੁੰਦੀ ਆ ਜਿਵੇਂ ਪਤਾ ਨਹੀਂ ਕੀ ਆ ਜੋ ਵੀ ਇਹ ਲਾਉਂਦੇ ਨੇ ਤੇ ਆ ਇਹਨਾਂ ਦਾ ਜਿਹੜਾ ਹਾਈਵੇ ਆ ਇਹ ਉਹਦੀ ਸਪੀਡ ਤੁਸੀਂ ਇਹਦੀ ਚਾਲ ਤੋਂ ਸਮਝ ਸਕਦੇ ਹੋ ਆ ਇਸ ਤਰ੍ਹਾਂ ਟਰੱਕ ਜਾਦੀ ਗਿਣਤੀ 'ਚ ਚੱਲਦੇ ਨੇ ਕਾਰਾਂ ਥੋੜੀਆਂ ਦਿਖਾਈ ਦਿੰਦੀਆਂ ਨੇ ਕਦੇ-ਕਦੇ ਆ ਦੇਖੋ ਕਾਰਾਂ ਵੀ ਦਿਖਾਈ ਦਿੰਦੀਆਂ ਨੇ ਤੇ ਬਸ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਸਾਫਰ ਵਧੀਆ ਇਹ ਖੈਰ ਤੇ ਇੱਧਰ ਸੱਜਮ ਦੁਨੀਆਂ ਬੈਠੀਆਂ ਨੇ ਤੇ ਉਹ ਸਾਹਮਣੇ ਡਰਾਈਵਰ ਵਾਹ ਇਸ ਤਰ੍ਹਾਂ ਦਾ ਮਾਹੌਲ ਆ ਇੱਥੇ ਤੇ ਆ ਦੇਖੋ ਗ੍ਰੀਨਰੀ ਪੂਰੀ ਆ ਤੇ ਪ੍ਰੀਵੇ ਕਾਫੀ ਤੇਜ਼ ਚੱਲਦਾ 100 100 ਤੋਂ ਉੱਤੇ ਦੀ ਸਪੀਡ ਹੋਣੀ ਹੈ ਘੱਟੋ ਘੱਟ ਇਹਨਾਂ ਦੀ ਤੇ ਤਾਂ ਹੀ ਜਿਹੜਾ 1.5 300 ਕਿਲੋਮੀਟਰ ਦਾ ਰਾਹ ਉਹ 1.5 ਘੰਟਿਆਂ ਦੇ ਵਿੱਚ ਪੂਰਾ ਕਰ ਲੈਂਦੀ ਹੈ ਇਹ ਬੱਸ ਤੇ ਜੇ ਤੁਸੀਂ ਬਿਨਾਂ ਟੋਲ ਤੇ ਇਹ ਟੋਲ ਟੋਲ ਵਾਲੀ ਸੜਕਾ ਜਿਨੇ ਬਿਨਾਂ ਟੋਲ ਵਾਲੀ ਸੜਕ ਤੋਂ ਦੀ ਜਾਣਾ ਹੋਵੇ ਉੱਥੇ ਟਾਈਮ ਥੋੜਾ ਜਿਹਾ ਵੱਧ ਲੱਗ ਜਾਂਦਾ ਤੇ ਬਾਕੀ ਸੜਕਾਂ ਸੜਕਾਂ ਤਾਂ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਤੇ ਕੋਈ ਖੱਡਾ ਨਹੀਂ ਨੀਂਦਾ ਤੇ ਬੱਸ ਮੌਨ ਨਾਲ ਐ ਜਿਵੇਂ ਬੈਠੇ ਉਹਨੇ ਟ੍ਰੇਨ ਚ ਉਵੇਂ ਜਾਂਦੀਆਂ ਨੇ ਤੇ ਆਹ ਦੇਖੋ ਤੇ ਕਦੇ-ਕਦੇ ਅ ਅੜਚਣ ਆਪਾਂ ਨੂੰ ਜਿਵੇਂ ਅੱਜ ਆਈ ਸੀਗੀ ਵੀ ਆਪਾਂ AM ਨਹੀਂ ਦੇਖਿਆ ਤੇ ਆਪਾਂ PM ਦੇ ਹਿਸਾਬ ਨਾਲ ਤੁਰਿਆ ਤਾਂ ਇਹੋ ਜਿਹੀਆਂ ਆ ਜਾਂਦੀਆਂ ਨੇ ਇਹੋ ਜਿਹਾ ਸਫਰਾਂ ਚ ਤੇ ਬਾਕੀ ਹੋਰ ਕੁਛ ਨਹੀਂ ਤੇ ਉਹਨਾਂ ਦਾ ਵੀ ਹੱਲ ਹੋ ਜਾਂਦਾ ਜਿਵੇਂ ਆਪਾਂ ਨੂੰ ਇਹ ਬੱਸ ਦੀ ਟਿਕਟ ਦੁਬਾਰੇ ਮਿਲ ਗਈ ਤੇ ਕੋਈ ਬਹੁਤਾ ਕੋਰਾ ਹੁੰਦੀ ਨਹੀਂ ਲੋਡ ਹੁੰਦੀ ਤੇ ਹਰੇਕ ਮੁਸ਼ਕਿਲ ਦਾ ਸੋਲੂਸ਼ਨ ਆਪਾਂ ਨੂੰ ਮਿਲ ਹੀ ਜਾਂਦਾ ਤੇ ਬਾਕੀ ਜਿਹੜਾ ਮਾ ਇੱਥੋਂ ਦਾ ਆਪਾਂ ਹੁਣ ਜਾ ਜਾ ਰਹੇ ਹਾਂ ਇਸ ਟਾਈਮ ਪੈਰਿਸ ਦੇ ਵਿੱਚ ਉੱਥੇ ਆਪਾਂ 4 ਦਿਨ ਰਹਿਾਂਗੇ ਪੈਰਿਸ ਦੇ ਵਿੱਚ ਤੇ ਪੈਰਿਸ ਨੂੰ ਦੇਖਾਂਗੇ ਕਹੋ ਕਹੇ ਜਾ ਉਹ ਜਿਹੜਾ ਕਿ ਬੈਲਜੀਅਮ ਦੀ ਕੈਪੀਟਲ ਆ ਤੇ ਉਹਨੂੰ ਦੇਖਾਂਗੇ ਤੇ ਫਿਰ ਉਹਨਾਂ ਦੀਆਂ ਵੀਡੀਓ ਵੀ ਤੁਹਾਡੇ ਨਾਲ ਆ ਵੀਡੀਓ ਵਿੱਚ ਸਾਂਝੀਆਂ ਕਰਦੇ ਰਹਾਂਗੇ ਤੇ ਇਸ ਟਾਈਮ ਆਪਾਂ ਉਹਦੇ ਬਸ ਲਗਭਗ ਰਸਤੇ ਵਿੱਚ ਆ ਨੇੜੀ ਆ ਉਹਦੇ ਤੇ ਅੱਧ ਤੋਂ ਵੱਧ ਆਪਣਾ ਇਹ ਰਸਤਾ ਮੁਕੰਮਲ ਹੋ ਗਿਆ ਤੇ ਬਾਹਰਲਾ ਜਿਹੜਾ ਇਹ ਯੂਰਪ ਬੈਲਜੀਅਮ ਆਹ ਫਰਾਂਸ ਦਿਖ ਰਿਹਾ ਉਹ ਇਸ ਤਰ੍ਹਾਂ ਦਾ ਹੁਣ ਆਪਾਂ ਫਰਾਂਸ ਚ ਪਹੁੰਚ ਚੁੱਕੇ ਆ ਬੈਲਜੀਅਮ ਦੇ ਵਿੱਚੋਂ ਦੀ ਤੇ ਬਾਕੀ ਆਪਾਂ ਤੁਹਾਨੂੰ 10 ਵੀ ਦੇਵਾਂਗੇ ਹਾਰਲੈਂਡ ਤੋਂ ਬੈਲਜੀਅਮ ਬੈਲਜੀਅਮ ਤੋਂ ਜਿਹੜਾ ਪੈਰਿਸ ਆ ਉਹਦਾ ਰਸਤਾ ਉਹ ਵੀ ਇਹਦੇ ਉੱਤੇ ਆਪਾਂ ਇੱਕ ਨਕਸ਼ਾ ਨਕਸ਼ੇ ਦੀ ਫੋਟੋ ਪਾ ਦਾਂਗੇ ਮੈਪ ਉਹਦੇ ਤੁਸੀਂ ਦੇਖ ਸਕਦੇ ਹੋ ਵੀ ਇਹ ਕਿਸ ਤਰ੍ਹਾਂ ਦਾ ਕਿਹੜੀ ਸਾਈਡ ਨੂੰ ਕਿੰਨਾ ਕਰ ਤੇ ਆਹ ਦੇਖੋ ਗ੍ਰੀਨਰੀ ਬਹੁਤ ਆ ਆ ਸਾਰੇ ਫਾਰਮ ਨੇ ਜਿਹੜੇ ਉਹ ਸਾਹਮਣੇ ਦਿਖਾਈ ਦੇ ਜਾਂਦੇ ਨੇ ਇਹ ਸਾਰਾ ਫਾਰਮ ਈਰੀਆ ਬਹੁਤ ਖੂਬਸੂਰਤ ਆ ਬੱਸ ਵਿੱਚੋਂ ਜਿੰਨਾ ਕੁ ਵੀ ਆਪਾਂ ਨੂੰ ਦੇਖ ਰਿਹਾ ਆਪਾਂ ਉਹਦੀ ਵੀਡੀਓ ਥੋੜੀ-ਬਹੁਤੀ ਬਣਾਈ ਆ ਤੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਇਸ ਤਰ੍ਹਾਂ ਦੇ ਥਾਂ-ਥਾਂ ਦੇ ਉੱਤੇ ਕਦੇ ਇਹ ਆਸਰੇ-ਪਾਸਿਓਂ ਥਾਂ ਉੱਚਾ ਆ ਜਾਂਦਾ ਤੇ ਵੈਸੇ ਪੱਧਰਾ ਹੀ ਆ ਸਾਰਾ ਥਾਂ ਤੇ ਨਾਲ ਹੁਣ ਆਪਾਂ ਪਾਵਾਂਗੇ ਫੋਟਮਾਂ ਆ ਦੇਖੋ ਇਹ ਆਪਣੀਆਂ ਮੈਪ ਦੀ ਫੋਟੋ ਤੇ ਨਾਲ ਆਪਣੀਆਂ ਜਿਹੜੀਆਂ ਅੱਜ ਦੀ ਵੀਡੀਓ ਨਾਲ ਸੰਬੰਧਤ ਫੋਟੋਆਂ ਨੇ ਉਹ ਇੱਥੇ ਨਾਲ ਅਟੈਚ ਕੀਤੀਆਂ ਨੇ ਤੁਸੀਂ ਵੀ ਦੇਖੋ ਕਰੋ ਇੰਜੋਏ ਤੇ ਦੇਖਦੇ ਰਹੋ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਨਾਲ ਪੈਰਸ ਦੇ ਵਿੱਚੋਂ ਜਿਹੜੀਆਂ ਅਗਲੀਆਂ ਵੀਡੀਓ ਪਾਵਾਂਗੇ ਤੇ ਉਹ ਖੂਬਸੂਰਤ ਹੋਣਗੀਆਂ ਤੇ ਤੁਸੀਂ ਦੇਖਦੇ ਰਹੋ ਤੇ ਆਹ ਨਾਲ-ਨਾਲ ਆਪਣੀਆਂ ਫੋਟੋਆਂ ਬੈਲਜੀਅਮ ਦੇ ਉਸੇ ਪਾਰਕ ਦੀਆਂ ਜਿਹਦੇ ਵਿੱਚ ਅੱਜ ਆਪਾਂ ਗੇੜਾ ਕੱਢ ਕੇ ਆਏ ਆ ਤੇ ਉਹਦੀਆਂ ਜਿਹੜੀਆਂ ਕੁਝ ਫੋਟੋਆਂ ਖਿੱਚੀਆਂ ਸੀ ਉਹ ਆਪਾਂ ਨਾਲ ਇੱਥੇ ਅਟੈਚ ਕੀਤੀਆਂ ਨੇ ਤੇ ਤੁਸੀਂ ਵੀ ਇਹਨਾਂ ਦਾ ਆਨੰਦ ਮਾਣੋ ਤੇ ਆ ਮੁੰਡਾ ਆਪਾਂ ਨੂੰ ਮਿਲਿਆ ਸੀਗਾ ਇੱਕ ਉਥੇ ਤੇ ਚਲੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਪੈਰਿਸ ਦੇ ਵਿੱਚੋਂ ਦੇਖਦੇ ਰਹੋ ਧੰਨਵਾਦ